ਉਹੀ ਦੇਸ਼ ਉਹੀ ਕੌਮਾਂ ਤਰੱਕੀਆਂ ਕਰ ਸਕਦੀਆਂ ਹਨ ਜਿਨ੍ਹਾਂ ਕੌਮਾਂ ਦਾ ਕਲਚਰ ਜਿੰਦਾ ਰਹਿੰਦਾ ਹੈ। ਪਿਛਲੇ 10-12 ਸਾਲਾਂ ਤੋਂ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਕਲਚਰ ਦਾ ਫਰਕ ਪਿਆ ਹੈ, ਹੁਣ ਵਕਤ ਆਇਆ ਹੈ ਅਸੀਂ ਰਲ ਮਿਲ ਕੇ ਆਪਣੇ ਪੁਰਾਣੇ ਕਲਚਰ ਨੂੰ ਸੁਰਜੀਤ ਕਰੀਏ।
ਸਰਦਾਰ ਸੋਹਣ ਸਿੰਘ ਸੀਤਲ ਜੀਓ। ਆਪ ਇਕੱਲੇ ਪੰਜਾਬੀ ਸਾਹਿਤਕਾਰ ਅਤੇ ਕਲਮਕਾਰ ਹੋ ਜਿਸ ਨੂੰ ਪੰਜਾਬੀਆਂ ਨੇ ਚਾਰ ਖੇਤਰਾਂ ਢਾਡੀ ਸਾਹਿਤਕਾਰ ਨਾਵਲਕਾਰ ਅਤੇ ਇਤਿਹਾਸਕਾਰ ਵਜੋਂ ਸ਼੍ਰੋਮਣੀ ਮੰਨ ਕੇ ਸਤਿਕਾਰਿਆ। 84 ਸਾਲਾਂ ਨੂੰ ਪੁੱਜਣ ਵਾਲੀ ਹਯਾਤੀ ਵਿੱਚ ਆਪ ਨੇ ਇੰਨੀਆਂ ਹੀ ਰਚਨਾਵਾਂ ਰਚੀਆਂ ਅਤੇ ਛਾਪੀਆਂ ਹਨ। ਹਰ ਖੇਤਰ ਵਿੱਚ ਆਪ ਨੇ ਸਦਾ ਹੀ ਆਪਣੀ ਧਾਕ ਬਿਠਾਈ ਹੈ। ਮਾਝੇ ਵਿੱਚ ਕਸੂਰੀ ਪੁਹਾਏ ਦੇ ਪਿੰਡ ਕਾਦੀ ਪਿੰਡ ਦੇ ਜੰਮਪਲ ਆਪ ਨੇ ਜਿੱਥੇ ਆਪਣੇ ਡੇਢ ਦਰਜਨ ਨਾਵਲਾਂ ਵਿੱਚ ਮਾਝੀ ਸੱਭਿਆਚਾਰ ਨੂੰ ਮੂਰਤੀਮਾਨ ਕੀਤਾ ਹੈ, ਉੱਥੇ ਆਪਣੇ ਰਚੇ ਚਾਰ ਦਰਜਨ ਸੀਤਲ ਪ੍ਰਸੰਗਾਂ ਵਿੱਚ ਸ਼ਾਮਲ ਢਾਡੀ ਵਾਰਾਂ ਵਿੱਚ ਸਾਰੀ ਸ਼ਹਾਦਤੀ ਸਿੱਖ ਸੂਰਮਗਤੀ ਸਦੀਵੀ ਬਣਾ ਦਿੱਤੀ ਹੈ। ਆਪਣੇ ਪਹਿਲੇ ਢਾਡੀ ਪ੍ਰਸੰਗ ਸਿੱਖ ਰਾਜ ਕਿਵੇਂ ਗਿਆ ਤੋਂ ਲੈ ਕੇ ਪਿਛਲੇ 60 ਸਾਲਾਂ ਵਿੱਚ ਆਪ ਦੀ ਕੀਰਤੀ ਵਧੀ ਹੀ ਵਧੀ ਹੈ। ਇਸੇ ਕੀਰਤੀ ਲਈ ਆਪ ਨੂੰ ਸਰਦਾਰ ਕਰਤਾਰ ਸਿੰਘ ਜਸੋਵਾਲ ਅਵਾਰਡ ਪ੍ਰਦਾਨ ਕਰਨ ਵਿੱਚ ਫਾਊਂਡੇਸ਼ਨ ਫਖਰ ਮਹਿਸੂਸ ਕਰਦੀ ਹੈ। ਮੈਂ ਬੇਨਤੀ ਕਰਾਂਗਾ ਸਰਦਾਰ ਕਰਨ ਸਿੰਘ ਗਿੱਲ ਹੋਰਾਂ ਨੂੰ ਕਿ ਆਉਣ ਔਰ ਸੀਤਲ ਸਾਹਿਬ ਦੀ ਸ਼ਾਨ ਵਿੱਚ ਸਨਮਾਨ ਪੱਤਰ ਭੇਟ ਕਰ। ਥੋੜ੍ਹਾ ਅੱਗੇ ਹੋ ਕੇ ਸਾਡੇ ਫਾਊਂਡੇਸ਼ਨ ਦੇ ਚੇਅਰਮੈਨ ਜਸੋਵਾਲ ਸਾਹਿਬ, ਤੁਸੀਂ ਵੀ ਨੇੜੇ ਹੋਵੋ, ਕਿਰਪਾ ਕਰੋ। ਮੈਂ ਸਾਡੇ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਵੇਦੀ ਔਰ ਪ੍ਰਗਟ ਸਿੰਘ ਗਰੇਵਾਲ ਔਰ ਸਾਡੀ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਲੁਧਿਆਣਾ ਸਰਦਾਰ ਸਰਵਣ ਸਿੰਘ ਚੰਨੀ, ਉਹਨਾਂ ਨੂੰ ਬੇਨਤੀ ਕਰਾਂਗਾ, ਬੀਬੀ ਪ੍ਰਕਾਸ਼ ਕੌਰ ਜੀ ਜਿਹੜੇ ਅਜੀਤ ਅਖਬਾਰ ਦੇ ਇਹ ਇੱਜ਼ਤ ਸਮੁੱਚੇ ਪੰਜਾਬੀਆਂ ਵੱਲੋਂ ਦਿੱਤਾ ਤਿਲ ਫੁੱਲ ਹੈ ਸੀਤਲ ਸਾਹਿਬ।